नाबा पुलिस को बड़ी कामयाबी मिली है। नाबा पुलिस ने एक व्यक्ति को गिरफ्तार किया जिसके पास से 1800 नशीली गोलियां बरामद हुई हैं। आपको बता दें, इस व्यक्ति का नाम बघेल सिंह है और उम्र करीब 52 साल है। बहरहाल, इस पूरे मामले पर नाबा पुलिस क्या कुछ कह रही है, चलिए आपको दिखाते हैं। ये बेसिकली पहला सुल्फा सल्फा पींदा सी, फिर भुक्की भक्की खाण लग गया, गोलियां खाण लग गया। ये कोई बेचदा दा बाकी आप ही खाना। ਇਹਨਾਂ ਕੋਲੋਂ 1800 ਗੋਲੀ ਜਿਹੜੀ ਹੈਗੀ ਹੈ ਅਲਪਾ ਜੁਲਮ ਦੀ ਬਰਾਮਦ ਹੋਈ ਹੈ। 50,000 ਡਰੱਗ ਬਣੀ ਹੈ ਜਿਹੜਾ ਅਸੀਂ ਨੇ ਮਾਨਜੂਰ ਜਾਸਾ ਉਹਦੇ ਪੇਸ਼ ਕੀਤਾ ਹੈ। ਮੌਕੇ 'ਤੇ ਫੜੀ ਗਈ ਹੈ? ਹਾਂ, ਮੌਕੇ 'ਤੇ ਫੜੀ ਗਈ ਜੀ। ਇੱਕ ਇਹਦੇ ਕੋਲੋਂ ਵੈਸਪਾ ਸਕੂਟਰ ਦੇ ਵਿੱਚ ਰੱਖਿਆ ਹੋਇਆ ਸੀ। ਅਤੇ ਬੈਕਗਰਾਊਂਡ ਕੀ ਹੈ ਜੀ ਇਸ ਵਿਅਕਤੀ ਦਾ? ਇਹ ਬੈਕਗਰਾਊਂਡ ਭਾਅ ਜੀ, ਪਹਿਲਾਂ ਇਹ ਨਸ਼ਾ ਨੁਸ਼ਾ ਕਰਦਾ ਰਿਹਾ। ਹਾਲੇ ਅਸੀਂ ਇਹਦੇ ਜਿਹੜਾ ਅਕਾਊਂਟ ਸਟੇਟਮੈਂਟ ਜਾਂ ਇਹਦੀ ਪ੍ਰੋਪਰਟੀ ਬਾਰੇ ਦਰਿਆਫਤ ਕਰਨੀ ਆ, ਫਿਰ ਅਸਲ ਵਿੱਚ ਇਹਦਾ ਸਾਹਮਣੇ ਆਊਗਾ ਸਾਰਾ ਕੁਛ। ਆ ਜਿਹੜਾ 1800 ਗੋਲੀ ਤੋਂ ਫੜੀ ਗਈ ਆ, ਉਹ ਅਸੀਂ ਮਾਨਸੂਰ ਜੱਸਾ ਉਹਦੇ ਪੇਸ਼ ਕਰ। ਕਿੰਨੇ ਸਾਲ ਤੋਂ ਕਰ ਰਹੇ ਕੰਮ? ਇਹ 2 ਸਾਲ ਤੋਂ, ਇਹਦੇ ਦੱਸਣ ਮੁਤਾਬਕ 2 ਸਾਲ ਤੋਂ ਕਰ ਰਿਹਾ। ਪਹਿਲਾਂ 6-7 ਸਾਲ ਤੋਂ ਖਾ ਰਿਹਾ ਇਹ, 2 ਸਾਲ ਤੋਂ ਇਹ ਕਰਨ ਲੱਗ ਪਿਆ ਸੀ। ਵੇਚਦਾ ਕਿਹਨੂੰ ਸੀ? ਇਹ ਵੇਚਦਾ, ਤੁਰ ਫਿਰ ਕੇ ਵੇਚਦਾ ਸੀ ਇਹ।